ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਸਕੂਲ ਲੱਗਿਆ ਆ, ਘਰ ਵਾਲਾ ਕੰਮ ਦੇ ਰਿਹਾ ਬੱਚੋ। ਯੇ ਸਕੂਲ ਕਾ ਨਾਮ ਕਿਆ ਹੈ? ਮੈਂ ਤਾਂ ਸੋਚ ਰਹੀ ਛੁੱਟੀਆਂ ਹੋਏ ਨਾ, ਮੈਂ ਇਸੀ ਚੱਕਰ ਮੈਂ ਆਈ ਥੀ ਕਿ ਹਮ ਲੋਗੋਂ ਕੋ ਛੁੱਟੀਆਂ ਨਹੀਂ ਚਾਹੀ, ਬੱਚੇ ਬਹੁਤ ਪਰੇਸ਼ਾਨ ਕਰਤੇ, ਇਤਨੀ ਧੂਪ ਮੇਂ ਘੂਮਤੇ। ਅੱਛਾ, ਆਪ ਮਾਲੂਮ ਹੈ ਵੀ ਪੰਜਾਬ ਸਰਕਾਰ ਨੇ ਛੁੱਟੀ ਦਾ ਐਲਾਨ ਕੀਆ ਵੀ ਗਰਮੀ ਕੀ ਵਜ੍ਹਾ ਸੇ ਬੱਚੋ ਕੋ ਦਿੱਕਤ? ਹਾਂ, ਛੁੱਟੀ ਤਾਂ ਕੀ ਹੈ ਪਰ ਹਮੇ ਲੋਗੋਂ ਕੋ ਛੁੱਟੀਆਂ ਨਹੀਂ ਚਾਹੀ। ਭਾਵੇਂ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ, ਬਾਵਜੂਦ ਇਸ ਦੇ ਕੁਝ ਨਿੱਜੀ ਸਕੂਲ ਹਾਲੇ ਵੀ ਖੁੱਲੇ ਹੋਏ ਨੇ। ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਇੱਕ ਨਿੱਜੀ ਸਕੂਲ ਹੈ ਜਿੱਥੇ 5ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਪਹੁੰਚੇ ਹੋਏ ਨੇ, ਕਲਾਸਾਂ ਉਹਨਾਂ ਦੀਆਂ ਲੱਗੀਆਂ ਹੋਈਆਂ ਨੇ। ਹਾਲਾਂਕਿ ਜਦੋਂ ਚੌਕੀਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਬੱਚਿਆਂ ਨੂੰ ਘਰ ਦਾ ਕੰਮ ਦਿੱਤਾ ਜਾ ਰਿਹਾ। ਤਾਂ ਦੱਸ ਦਈਏ ਕਿ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ ਨੇ। ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ ਦੇ ਵਿੱਚ ਇਹ ਨਿੱਜੀ ਸਕੂਲ ਖੁੱਲ੍ਹਿਆ ਗਰਮੀ ਦੇ ਪ੍ਰਕੋਪ ਦੇ ਚੱਲਦਿਆਂ। 21 ਮਈ ਤੋਂ 30 ਜੂਨ ਤੱਕ ਸਰਕਾਰ ਨੇ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੋਇਆ। ਗੌਰਵ ਕਈ ਪਬਲਿਕ ਸਕੂਲ ਦੇ ਵਿੱਚ ਹਾਲੇ ਵੀ ਪੜ੍ਹਾਈ ਹੋ ਰਹੀ ਹੈ। ਉੱਧਰ ਜਦੋਂ ਇਸ ਬਾਬਤ ਚੌਕੀਦਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਸਕੂਲ ਲੱਗਿਆ ਹੋਇਆ, ਬੱਚਿਆਂ ਨੂੰ ਘਰ ਦਾ ਕੰਮ ਦਿੱਤਾ ਜਾ ਰਿਹਾ। ਉੱਧਰ ਬੱਚਿਆਂ ਦੇ ਮਾਪਿਆਂ ਨੇ ਵੀ ਸਿਰੇ ਲਾ ਦਿੱਤੀ। ਉਹਨਾਂ ਨੇ ਕਿਹਾ ਕਿ ਸਕੂਲ ਖੁੱਲ੍ਹਣੇ ਚਾਹੀਦੇ ਨੇ, ਉਹਨਾਂ ਦੇ ਬੱਚਿਆਂ ਨੂੰ ਜੇਕਰ ਛੁੱਟੀਆਂ ਹੁੰਦੀਆਂ ਨੇ ਤਾਂ ਘਰ ਦੇ ਵਿੱਚ ਉਹ ਟਿਕ ਕੇ ਨਹੀਂ ਬੈਠਦੇ, ਧੁੱਪ ਦੇ ਵਿੱਚ ਖੇਡਦੇ ਨੇ। ਇਸ ਕਰਕੇ ਉਹ ਚਾਹੁੰਦੇ ਨੇ ਕਿ ਅਸੀਂ ਕੰਮਾਂ 'ਤੇ ਰਹਿੰਦੇ ਹਾਂ ਅਤੇ ਬੱਚੇ ਨੇ ਜਿਹੜੇ ਉਹ ਸਕੂਲ ਦੇ ਵਿੱਚ ਹੀ ਆਉਣ। ਤਾਂ ਦੱਸ ਦਈਏ ਕਿ ਇਹ ਇੱਕ ਬੱਚੇ ਦੀ ਮਾਂ ਹੈ ਜਿਸ ਦੇ ਵੱਲੋਂ ਆਪਣੇ ਵਿਚਾਰ ਨੇ ਜਿਹੜੇ ਉਹ ਦਿੱਤੇ ਗਏ ਨੇ ਕਿ ਸਕੂਲ ਖੁੱਲ੍ਹਣੇ ਚਾਹੀਦੇ ਨੇ, ਉਹਨਾਂ ਦੇ ਬੱਚੇ ਘਰ ਦੇ ਵਿੱਚ ਸ਼ਰਾਰਤਾਂ ਕਰਦੇ ਨੇ, ਧੁੱਪ ਦੇ ਵਿੱਚ ਬਾਹਰ ਨਿਕਲਦੇ ਨੇ, ਤਾਂ ਉਹ ਕੰਮ ਕਾਜ ਕਰਦੇ ਨੇ, ਇਸ ਕਰਕੇ ਉਹਨਾਂ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਹੀ ਰੱਖਿਆ ਜਾਵੇ। ਤਾਂ ਦੱਸਦੇ ਕਿ ਛੁੱਟੀਆਂ ਦੇ ਬਾਵਜੂਦ ਇਹ ਇੱਕ ਪ੍ਰਾਈਵੇਟ ਸਕੂਲ ਖੁੱਲ੍ਹਿਆ, ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ। ਮਾਨ ਸਰਕਾਰ ਦੇ ਵੱਲੋਂ 21 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੋਇਆ। ਗਰਮੀ ਦੇ ਵਧੇ ਪ੍ਰਕੋਪ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ। ਪੰਜਾਬ ਦੇ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ। ਤਾਂ ਦੂਜੇ ਪਾਸੇ ਲੁਧਿਆਣਾ ਦੇ ਪੰਜਾਬੀ ਬਾਗ ਇਲਾਕੇ ਦੇ ਵਿੱਚ ਗੌਰਵ ਕਈ ਪਬਲਿਕ ਸਕੂਲ ਹਾਲੇ ਵੀ ਖੁੱਲ੍ਹਿਆ ਹੋਇਆ। ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਸਕੂਲ ਦੇ ਖਿਲਾਫ ਕੀ ਐਕਸ਼ਨ ਕੀਤਾ ਜਾਵੇਗਾ। ਸਕੂਲ ਲੱਗਿਆ ਆ, ਸਕੂਲ ਤੋਂ ਜੋ ਛੁੱਟੀਆਂ ਕਰ ਰਹੇ ਹੋ ਉਹ ਘਰ ਵਾਲਾ ਕੰਮ ਦੇ ਰਿਹਾ ਬੱਚੋ ਦਾ? ਘਰ ਵਾਲਾ ਕੰਮ ਦੇ ਰਹੇ ਹੋ? ਕੌਣ ਸਾ ਸਕੂਲ ਹੈ ਇਹ? ਸਕੂਲ ਦਾ ਕੀ ਨਾਮ ਹੈ? ਸਕੂਲ ਲੱਗਿਆ ਹੋਇਆ ਪਰ ਵਿਦਿਆਰਥੀ ਕਿੰਨੇ ਕੁ ਬੱਚੇ ਨੇ? ਨਹੀਂ, ਬੱਚੇ ਇਹ ਹੈ ਕਿ ਇਨਕੋ ਕੰਮ ਦੇ ਰਹੇ ਹੈ, ਹੋਮਵਰਕ ਦੇ ਰਹੇ ਹੈ। ਹੋਮਵਰਕ ਪਰ ਬੈਠੇ ਹੈ ਸੂਬੇ ਸੇ ਬੱਚੇ? ਬੈਠੇ ਤਾਂ ਹੈ, ਫਿਰ ਇਨਕੋ ਕੰਮ ਦੇਣਾ, ਬੱਚੇ ਜ਼ਿਆਦਾ ਹੈ। ਅੱਛਾ, ਜ਼ਿਆਦਾ ਹੈ ਬੱਚੇ? ਹਾਂ, ਉਨਕੋ ਕੰਮ ਦੇਣਾ ਹੈ, ਹੋਮਵਰਕ। ਅੱਛਾ, ਹੋਮਵਰਕ ਦੇਣੇ ਕੇ ਲਈ ਬੁਲਾਇਆ? ਅੱਛਾ, ਛੁੱਟੀਆਂ ਹੈ ਕੱਲ ਸੇ? ਹਾਂ। ਕੱਲ ਵੀ ਆਏ ਤੇ ਬੱਚੇ? ਕੱਲ ਵੀ ਆਏ ਤੇ ਬੱਚੇ ਤੋਂ ਕੱਲ ਤੋਂ ਆਏ ਸੀ। ਆਏ ਤੇ? ਅੱਛਾ ਯਾਰ, ਇੱਕ ਬਾਤ ਬਤਾਓ, ਜਬ ਸਰਕਾਰ ਨੇ ਬੋਲਾ ਥਾ ਕਿ ਨਹੀਂ ਖੋਲਣੇ ਸਕੂਲ, ਤੋਂ ਕਿਉਂ ਖੋਲ ਰਹੇ ਹੈ ਸਕੂਲ? ਕਿਤਨੇ ਬੱਚੇ ਹੋਣਗੇ ਅੰਦਰ? ਹੋਣਗੇ 100 ਬੱਚੇ ਹੋਣਗੇ ਬਸ। 100 ਬੱਚੇ? ਹਾਂ, ਬੜੇ ਬੱਚੇ ਹੈ, ਛੋਟੇ ਨਹੀਂ ਹੈ। ਛੋਟੇ ਕੋ ਜੋ ਛੁੱਟੀ ਹੋ ਗਈ? ਅੱਛਾ, ਹਾਂ। ਛੋਟੇ ਛੋਟੇ ਕੋ ਕਿਤਨੇ ਵਜੇ ਛੁੱਟੀ ਕਰਦੀ ਸੀ ਅੱਜ? ਹੈ, ਅੱਜ ਕਿਤਨੇ ਵਜੇ? ਛੋਟੇ ਬੱਚੇ ਕੋ 3-4 ਦਿਨ ਹੋ ਗਏ ਛੁੱਟੀ ਕਰੇ ਹੋਏ। ਅੱਛਾ ਅੱਛਾ, ਇਹ ਕੌਣ ਸੀ ਕਲਾਸ? ਬੜੇ ਹੈ, ਔਰ 9ਵੀਂ ਔਰ 8ਵੀਂ ਵਾਲੇ ਹੈ। ਇਹ 5ਵੀਂ ਵਾਲੇ ਬੱਚੇ ਹੈ? ਤੋਂ ਕੋਈ 5ਵੀਂ ਵਾਲੇ ਹੋਏ ਤਾਂ ਆਪਣੇ ਪਤਾ ਨਹੀਂ। ਅੱਛਾ, ਤੋ ਆਪ ਯਹਾਂ ਪਰ ਕਿਆ ਕੰਮ ਕਰਦੇ ਹੋ? ਹਮ ਯਹਾਂ ਦੇਖਭਾਲ ਕਰਦੇ ਹਾਂ। ਦੇਖਭਾਲ ਕਰ ਰਹੇ ਹਾਂ। ਇਹ ਸਕੂਲ ਦਾ ਨਾਮ ਕਿਆ ਹੈ? ਗੌਰਵ ਗਾਈ ਪਬਲਿਕ ਸਕੂਲ ਹੈ, ਲੇਖਾ ਸਾਹਮਣੇ। ਗੌਰਵ ਗਾਈ ਪਬਲਿਕ ਸਕੂਲ ਹੈ? ਕੌਣ ਸਾ ਇਹ ਸਕੂਲ ਹੈ? ਫਰੀ ਹੈ, ਕੋਈ ਫੀਸ ਫੂਸ ਨਹੀਂ ਹੈ ਯਹਾਂ।
नहीं, इसको कोरोना काल में भी आखिरी पेपर थे। अच्छा, उस दिन आखिरी पेपर थे। ये कौन सी जगह पढ़ती है? जी बिल्कुल, कितने ना कितने तुम देख, वो बच्चे पढ़ रहे हैं। अच्छा अच्छा सर, तो मैं तो सोच रही छुट्टियां होए ना, मैं इसी चक्कर में आई थी कि हम लोगों को छुट्टियां नहीं चाहिए, बच्चे बहुत परेशान करते हैं, इतनी धूप में घूमते हैं। अच्छा। ठीक है, और यहाँ पे बच्चे आते हैं कम से कम छांव में एसी में बैठे तो हैं। अच्छा। कितने कितने उम्र के बच्चे हैं आपके? एक है 15 साल का, एक है 10 साल की। अच्छा, आपको मालूम है भी पंजाब सरकार ने छुट्टी का ऐलान किया है अभी गर्मी की वजह से बच्चों को? हाँ, छुट्टी तो की है, पर हमें लोगों को छुट्टियां नहीं चाहिए। अच्छा। क्यों? क्योंकि हम लोग नौकरी पे जाते हैं, काम करते हैं, कोठियों में बच्चे इधर उधर गर्मी में भटकते हैं। अच्छा, इससे तो अच्छा स्कूल में शिफ्ट है, ठीक है हमारे लिए। जो पंजाब सरकार ने फैसला लिया वो सही नहीं है? वो भाई हमारे को तो मतलब, हम लोग काम वाले हैं, हमारे बच्चे कौन संभालेगा, हम अकेले हैं, कमाने वाले मियाँ बीबी दो, बच्चे बच्चों को कहाँ से खिलाएंगे? अभी बच्चे स्कूल में आए हुए हैं। हाँ, आए हुए हैं, पर हमने तो बोला है हमें छुट्टियाँ नहीं चाहिए।